ਪਰ ਆਜ ਨੇ ਫਿਰ ਸਾਡੇ ਜੀਵਨ ਚ ਇਹ ਮੌਕਾ ਬਖਸ਼ਿਆ ਕਿ ਅਸੀਂ ਉਹਦੀ ਹਜ਼ੂਰੀ ਦੇ ਚਾਹੀਏ। ਉਹਦੇ ਪਵਿੱਤਰ ਵਚਨ ਦੇ ਵਿੱਚੋਂ ਉਹਦੀਆਂ ਜ਼ਿੰਦਗੀ ਦੀਆਂ ਗੱਲਾਂ ਨੂੰ ਅਸੀਂ ਸੁਣ ਸਕੀਏ। ਹallelujah। ਸੋ ਅਸੀਂ ਪੜਾਂਗੇ ਬਾਈਬਲ ਦੇ ਵਿੱਚ ਇੱਕ ਵਚਨ ਔਰ ਫਿਰ ਉਸ ਉੱਤੇ ਧਿਆਨ ਕਰਾਂਗੇ। ਅਸੀਂ ਪੜਾਂਗੇ ਮਰਕਸ ਦੀ ਅੰਜੀਲ ਔਰ ਉਸਦਾ 8 ਦੇ ਉਹਦੀ ਇੱਕ ਆਇਤ ਤੋਂ ਅਸੀਂ ਪੜਾਂਗੇ ਮਰਕਸ ਦੀ انجیل 8 ਦੇ ਉਹਦੀ ਇੱਕ ਆਇਤ ਤੋਂ ਅਸੀਂ ਖੁਦਾ ਦੇ ਬਚਨ ਚ ਪੜਾਂਗੇ ਉਹਨ ਦਿਨੋਂ ਮੇ ਜਦ ਫਿਰ ਢੀੜ ਬੜੀ ਢੀੜ ਇਕੱਠੀ ਹੋਈ ਉਹਨ ਦਿਨੋਂ ਮੇ ਜਦ ਬੜੀ ਢੀੜ ਇਕੱਠੀ ਹੋਈ ਔਰ ਉਹਨਕੇ ਪਾਸ ਕੁਛ ਖਾਣੇ ਕੋ ਨਾ ਥਾ। ਉਹਨ ਦਿਨਾਂ ਮੇਂ ਜਬ ਬੜੀ ਬੀੜ ਇਕੱਠੀ ਹੋਈ ਉਹਨਕੇ ਪਾਸ ਕੁਛ ਖਾਣੇ ਕੋ ਨਾ ਥਾ। ਅਕਸਰ ਅਸੀਂ ਸੁਣਦੇ ਹਾਂ ਔਰ ਅਕਸਰ ਸੇਵਕਾਂ ਦੇ ਦੁਆਰਾ ਇਹ ਪ੍ਰਚਾਰ ਕੀਤਾ ਜਾਂਦਾ ਕਿ ਪਰਮੇਸ਼ਵਰ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਕਮੀ ਨਹੀਂ ਹੁੰਦੀ ਲੇਕਿਨ ਜਦ ਅਸੀਂ ਇੱਥੇ ਵਚਨ ਪੜ੍ਹਦੇ ਹਾਂ ਤੇ ਲਿਖਿਆ ਜਦ ਫਿਰ ਬੜੀ ਬੀੜ ਇਕੱਠੀ ਹੋਈ ਔਰ ਉਹਨਕੇ ਪਾਸ ਕੁਝ ਖਾਣੇ ਕੋ ਨਾ ਥਾ ਤਾਂ ਉਸਨੇ ਆਪਣੇ ਚੇਲੋ ਨੂੰ ਪਾਸ ਬੁਲਾ ਕੇ ਉਸਨ세 ਕਹਾ ਜਦੋਂ ਉਹਨਾਂ ਦੇ ਕੋਲ ਖਾਣ ਦੇ ਲਈ ਕੁਝ ਨਹੀਂ ਇਹਸੂ ਮਸੀਹੀ ਉਹਨਾਂ ਦੇ ਨਾਲ ਆ। ਫਿਰ ਵੀ ਉਹਨਾਂ ਦੇ ਕੋਲ ਖਾਣ ਨੂੰ ਕੁਝ ਹੈਗਾ ਨਹੀਂ। ਇਨਸਾਨ ਦੇ ਕੋਲ ਖੁਦਾ ਦੇ ਨਾਲ ਗਿਲੇ ਕਰਨ ਦੇ ਬੜੇ ਬਹਾਨੇ ਹੁੰਦੇ ਆ। ਇਨਸਾਨ ਦੇ ਕੋਲ ਖੁਦਾ ਦੇ ਉੱਤੇ ਉਂਗਲੀ ਚੁੱਕਣ ਦੇ ਬੜੇ ਕਾਰਨ ਹੁੰਦੇ ਆ। ਇਹ ਸਭ ਕੁਝ ਕਰਨ ਤੋਂ ਬਾਅਦ ਵੀ ਇਨਸਾਨ ਖੁਦਾ ਦੀ ਇੱਛਾ ਨੂੰ ਉਹਦੇ ਕੰਮ ਕਰਨ ਦੇ ਤਰੀਕੇ ਨੂੰ ਫਿਰ ਵੀ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦਾ ਇਹਦੇ ਵਿੱਚ ਕਈ ਕਾਰਨ ਨੇ ਆਂ ਕਈ ਵਾਰੀ ਸਮਝ ਨਹੀਂ ਪਾਉਂਦਾ ਕਈ ਵਾਰੀ ਸਮਝਦੇ ਹੋਏ ਸਮਝਣਾ ਨਹੀਂ ਚਾਹੁੰਦਾ ਕਈ ਵਾਰੀ ਸਮਝ ਨਹੀਂ ਪਉਂਦਾ ਕਈ ਵਾਰੀ ਸਮਝਦੇ ਹੋਏ ਸਮਝਣਾ ਨਹੀਂ ਚਾਹੁੰਦਾ ਔਰ ਕਈ ਵਾਰੀ ਉਹ ਸਮਝਣਾ ਚਾਹੁੰਦਾ ਹੀ ਨਹੀਂ ਹੈ ਲੇਕਿਨ ਜਦੋਂ ਅਸੀਂ ਸਮਝਣ ਦਾ ਮਨ ਬਣਾਉਨੇ ਆ ਕਿ ਆਪਣੇ ਪਿਤਾ ਪਰਮੇਸ਼ਰ ਦੀ ਇੱਛਾ ਨੂੰ ਸਮਝੀਏ ਜਿਹੜਾ ਸਮਝਣ ਦਾ ਮਨ ਲੈ ਕੇ ਆਉਨੇ ਆ ਉਦੋਂ ਸਮਝਾਉਂਦਾ ਹੈ ਵੱਡੀ ਭੀੜ ਇਕੱਠੀ ਹੋਈ ਹੈ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ ਹੈ ਯਸਮਸੀ ਮੌਜੂਦ ਹੈ ਔਰ ਜਿੱਥੇ ਯਸਮਸੀ ਮੌਜੂਦ ਹੋਵੇ ਉੱਥੇ ਕਮੀ ਹੋ ਨਹੀਂ ਸਕਦੀ لیکن اتھے ਸਾਡੇ ਸਾਹਮਣੇ ਜਿਹੜੀ ਗੱਲ ਖੁੱਲ ਕੇ ਹੁੰਦੀ ਉਹ ਇਹ ਆ ਕਿ ਪ੍ਰਭ ਯਸ਼ਮ ਸੀ ਜਿਹੜਾ ਅਗੰਮ ਗਿਆਨੀ ਹੈ ਜਿਹੜਾ ਸਭ ਕੁਝ ਪਹਿਲਾਂ ਤੋਂ ਜਾਣਦਾ ਹੈ ਉਹ ਪ੍ਰਭ ਯਸ਼ਮ ਸੀ ਉਹਨਾਂ ਦੇ ਨਾਲ ਆ ਔਰ ਐਸੇ ਹਾਲਾਤਾਂ ਨੂੰ ਹੋਣ ਦਿੱਤਾ ਉਹਨੇ ਆਪ ਲੇ ਆਂਦੇ ਨਹੀਂ ਹਾਲਾਤ ਐਸੇ ਇਹ ਲਫਜ਼ਾਂ ਦੇ ਵਿੱਚ ਵੀ ਕਈ ਵਾਰੀ ਅਸੀਂ ਗਲਤੀਆਂ ਕਰ ਜਾਂਦੇ ਹਾਂ ਇਸ ਲਈ ਕਲਾਮ ਦੇ ਵਿੱਚ ਲਿਖਿਆ ਜੋ ਬਾਤੋਂ ਵਿੱਚ ਖਤਾ ਨਾ ਕਰੇ ਵਹੀ ਕਾਮਿਲ ਹੈ ਸੁਪਰਬੂ ਨੇ ਐਸਾ ਹਾਲਾਤ ਆਲੈਂ ਦਿੱਤਾ ਪ੍ਰਭੂ ਚੰਦਰ ਤੇ ਇਹ ਹਾਲਾਤ ਆਉਂਦੇ ਬਿਨ ਜਦੋਂ ਅਸੀਂ ਇਹੋ ਜੀਆਂ ਚੀਜ਼ਾਂ ਨੂੰ ਵੇਖਦੇ ਆ ਕਿ ਪ੍ਰਭੂ ਮਯੋਦ ਵੀ ਹੈ ਪਰ ਪ੍ਰਭੂ ਨੇ ਕੁਛ ਕੀਤਾ ਨਹੀਂ ਉੱਥੇ ਪ੍ਰਭੂ ਸਾਨੂੰ ਕੁਝ ਸਿੱਖਿਆ ਦੇਣੀ ਚਾਹੁੰਦਾ ਉਹ ਸਾਡੇ ਲਈ ਸਿੱਖਿਆ ਲਈ ਹੁੰਦਾ ਐਸੀ ਨਿਕਲ ਕੇ ਪ੍ਰਭੂ ਦੇ ਹੁੰਦਿਆਂ ਹੋਇਆਂ ਵੀ ਕਮੀ ਆ ਗਈ ਹੈ ਪ੍ਰਭੂ ਦੇ ਹੁੰਦਿਆਂ ਹੋਇਆਂ ਕਮੀ ਹੋਣ ਦਿੱਤੀ ਹੈ ਔਰ ਇਹ ਸਿਰਫ ਉਹਨਾਂ ਲੋਕਾਂ ਦੇ ਲਈ ਨਹੀਂ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਵੱਡਾ ਮੌਜਜਾ ਕਰਕੇ ਉੱਥੇ ਕੋਈ ਆਪਣੇ ਨਾਮ ਨੂੰ ਉਸਤਤ ਦੇਣੀ ਸੀਗੀ ਇਹ ਸਭ ਕੁਝ ਇਸ ਲਈ ਨਹੀਂ ਘਟਿਆ ਕਿ ਪ੍ਰਭੂ ਯਿਸੂ ਮਸੀਹ ਅਸੀਂ ਮੌਜਜੇ ਚੰਬੇ ਕਰਕੇ ਜਿਵੇਂ ਅੱਜ ਇਨਸਾਨ ਮਹਿਮਾ ਲੈਣੀ ਚਾਹੁੰਦਾ ਆ ਇਥੇ ਪ੍ਰਭੂ ਯਿਸੂ ਮਸੀਹ ਨੇ ਇਹ ਇਸ ਲਈ ਨਹੀਂ ਹੋਣ ਦਿੱਤਾ ਵੀ ਉਹ ਮਹਿਮਾ ਲੈਣੀ ਚਾਹੁੰਦਾ ਬਲਕਿ ਬਾਈਬਲ ਦਾ ਵਚਨ ਕੱਲ ਅੱਜ ਤੇ ਯੁੱਗੋ ਯੁਗ ਇਕੋ ਜੈ ਹੈ ਇਹ ਬਦਲਦਾ ਨਹੀਂ ਇਹ ਪ੍ਰਾਣਾ ਨਹੀਂ ਹੁੰਦਾ ਇਹ ਹਮੇਸ਼ਾ ਤਾਜ਼ਾ ਰਹਿੰਦਾ ਸੋ ਇਸ ਲਈ ਬਾਈਬਲ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਉਸ ਸਮੇਂ ਦੇ ਲਈ ਵੀ ਆਹ ਉਹ ਅੱਜ ਸਾਡੇ ਲਈ ਵੀ ਆਹ ਤੇ ਆਉਣ ਵਾਲੇ ਕੱਲ੍ਹ ਲਈ ਵੀ ਆਹ ਇਹ ਸਭ ਕੁਝ ਤੋਂ ਪ੍ਰਭੂ ਚਾਹੁੰਦਾ ਆ ਅਸੀਂ ਕੁਝ ਸਿੱਖਿਆ ਪ੍ਰਾਪਤ ਕਰੀਏ ਇਸ ਸਬਤੋਂ ਅਸੀਂ ਕੁਝ ਹਾਸਲ ਕਰੀਏ ਇਸ ਚਾਹਤ ਨੂੰ ਲੈ ਕੇ ਪਰਮੇਸ਼ਰ ਸਾਡੇ ਨਾਲ ਚੱਲਦਾ ਆ ਤਾਂ ਕਿ ਉਹ ਹਰ ਗੱਲ ਦੇ ਵਿੱਚ ਸਾਨੂੰ ਕੁਝ ਨਾ ਕੁਝ ਸਮਝਾ ਸਕੇ ਸੋ ਭੀੜ ਵੱਡੀ ਹੈ ਲਿਖਿਆ ਫਿਰ ਇਹਦਾ ਮਤਲਬ ਫਿਰ ਕਿਉਂ ਹੈ ਕਿਉਂਕਿ ਪਹਿਲਾਂ ਵੀ ਇੱਕ ਭੀੜ ਇਕੱਠੀ ਹੋਈ ਸੀ ਉੱਥੇ ਵੀ ਇਹ ਖਾਣੇ ਦਾ ਮਸਲਾ ਬਣਿਆ ਸੀ ਉੱਥੇ ਦੋ ਮੱਛੀਆਂ ਤੇ ਪੰਜ ਰੋਟੀਆਂ ਸੀ ਜਿਹੜੀਆਂ 5000 ਲੋਕ ਖਾਏ ਰੱਜ ਕੇ ਬਾਕੀ ਬੱਚਿਆਂ ਹਾਂ ਦੇ ਨੂੰ ਟੋਕਰਾਂ ਵਿੱਚ ਭਰਿਆ ਚੁੱਕਿਆ 12 ਟੋਕਰੇ ਭਰੇ ਹੋਏ 12 ਸ਼ਾਗਿਰਦਾਂ ਦੇ ਹੱਥ ਲੱਗੇ ਔਰ ਪ੍ਰਭੂ ਯਸ਼ੁਮਸੀ ਦੇ ਨਾਮ ਦੀ ਉਸਤਤ ਹੋਈ ਔਰ ਐਸੀ ਇੱਕ ਭੀੜ ਫੇਰ ਔਰ ਇੱਥੇ ਯਸ਼ੁਮਸੀ ਮੌਜੂਦ ਆ ਫਿਰ ਲੇਕਿਨ ਫਿਰ ਵੀ ਪ੍ਰਭੂ ਯਸ਼ੁਮਸੀ ਜਦੋਂ ਇੱਕ ਸ਼ਬਦ ਕਹਿ ਰਹੇ ਆ ਇੱਥੇ ਸਾਡੇ ਸਮਝਾਉਣ ਦੇ ਲਈ ਬੜਾ ਕੁਝ ਪਿਆਇਆ ਪੜ੍ਹਦੇ ਹਾਂ ਤਾਂ ਉਸਨੇ ਆਪਣੇ ਚੇਲੋਂ ਕੋ ਪਾਸ ਬੁਲਾ ਕੇ ਉਸੇ ਕਹਾ ਜੇ ਸੋਚੀਏ ਤੇ ਫਿਰ ਇਹ ਆ ਵੀ ਚੇਲਿਆਂ ਨੂੰ ਕੋਲ ਬੁਲਾ ਕੇ ਤੇ ਇਹ ਗੱਲ ਕਹਿਣ ਦੇ ਲਈ ਪ੍ਰਭੂ ਨੂੰ ਲੋੜ ਨਹੀਂ ਸੀ ਜਾਇ ਇਸ ਕੰਮ ਦੇ ਵਿੱਚ ਪ੍ਰਭੂ ਨੂੰ ਕੋਈ ਸਹਾਇਤਾ ਦੀ ਵੀ ਲੋੜ ਨਹੀਂ ਸੀ ਜਾਂ ਇੰਜ ਕਹਿ દਈਏ ਵੀ ਐਸਾ ਵੀ ਨਹੀਂ ਸੀ ਕਿ ਪ੍ਰਭੂ ਚੇਲਿਆਂ ਤੋਂ ਬਿਨਾ ਕਰਨੇ ਸੀ ਸਕਦਾ ਸਵਰਜਿੰਦ ਦੇ ਕਿਹਾ ਪ੍ਰਭੂ ਦੀ ਬੋਧ ਨੂੰ ਕਿਨੇ ਜਾਣਿਆ ਜੇ ਕੌਣ ਉਹਦਾ ਸਲਾਹੀ ਬਣਿਆ ਸੋ ਇਹ ਕੰਮ ਕਰਨ ਦਾ ਤਰੀਕਾ ਇੱਕ ਅਲੱਗ ਢੰਗ ਦਾ ਆ ਔਰ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਅੱਜ ਯਿਸ ਮਸੀਹ ਦੀ ਬੁੱਧ ਸਾਡੇ ਵਿੱਚ ਹੈ ਤੇ ਉਹਦੀ ਬੁੱਧ ਕੰਮ ਕਰਦੀ ਹੈ ਸੋ ਜਦੋਂ ਸੀ ਐਸਐਮਸੀ ਦੇ ਨਾਲ ਚੱਲਣਾ ਹੈ ਲੰਬਾ ਸਮਾਂ ਤੱਕ ਚੱਲਣਾ ਹੈ ਤੇ ਫਿਰ ਸਾਨੂੰ ਐਸਐਮਸੀ ਦੀ ਆਦਤ ਨੂੰ ਸਮਝਣਾ ਪੈਣਾ ਕਿਸੇ ਨਾਲ ਵੀ ਚੱਲਣਾ ਹੋਵੇ ਲੰਬਾ ਸਮਾਂ ਤੇ ਉਹਦਾ ਸਭ ਤੋਂ ਵੱਡਾ ਫਾਰਮੂਲਾ ਇਹ ਹੀ ਆ ਕਿ ਜਿਹਦੇ ਨਾਲ ਵੀ ਅਸੀਂ ਚੱਲਣਾ ਉਹਦੀ ਆਦਤ ਨੂੰ ਸਮਝ ਲਈਏ ਆਦਤ ਨੂੰ ਸਮਝ ਕੇ ਚੱਲਣ ਦਾ ਨਜ਼ਾਰਾ ਹੀ ਵੱਖਰਾ ਹੈ ਆਦਤ ਨਾ ਸਮਝਾਵੇ ਤੇ ਕਈ ਵਾਰੀ ਕੋਚ ਮੈਂਟੀ ਕਿਸੇ ਦੇ ਨਾਲ ਚੱਲਣਾ ਔਖਾ ਹੋ ਜਾਂਦਾ ਆਦਤ ਸਮਝਣਾ ਆਵੇ ਕਈ ਵਾਰ ਕਿਸੇ ਦੇ ਨਾਲ ਘੰਟੇ ਬੱਧੀ ਚੱਲਣਾ ਔਖਾ ਹੋ ਜਾਂਦਾ ਆਦਤ ਸਮਝਣਾ ਆਵੇ ਤੇ ਕਈ ਵਾਰੀ ਕਈਆਂ ਦਿਨਾਂ ਕੁਝ ਦਿਨ ਚੱਲਣਾ ਔਖਾ ਹੋ ਜਾਂਦਾ ਸੋ ਜਦੋਂ ਆਦਤ ਸਮਝ ਆ ਜਾਵੇ ਫਿਰ ਚੱਲਣਾ ਮੁਸ਼ਕਲ ਨਹੀਂ ਹੁੰਦਾ ਕਿਉਂਕਿ ਆਦਤ ਸਮਝਣ ਦਾ ਮਤਲਬ ਸਿੱਧਾ-ਸਿੱਧਾ ਇਹ ਆ ਅਸੀਂ ਦੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਮਰਦ ਪ੍ਰਧਾਨ ਸਮਾਜ ਤੇ ਤਕਰੀਬਤ ਤਕਰੀਬਨ ਔਰਤਾਂ ਨੂੰ ਹੀ ਸਮਝਾਉਂਤਾ ਕਰਨਾ ਪੈਂਦਾ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਨੂੰ ਹੀ ਸਮਝਾਉਂਤਾ ਕਰਨਾ ਪੈਂਦਾ ਵਿਚਾਰੀਆਂ ਨਵੇਂ ਕਹੂੰਗਾ ਔਰਤਾਂ ਨੂੰ ਹੀ ਸਮਝਾਉਂਤਾ ਕਰਨਾ ਪੈਂਦਾ ਇਹ ਵੀ ਪਰਮੇਸ਼ਵਰ ਦੇ ਬੰਦੋਬਸਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੁੰਦਾ ਹੈ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਨੂੰ ਸਮਝਾਉਂਤਾ ਕਰਨਾ ਪੈਂਦਾ ਮਰਦ ਸਮਝੌਤਾ ਕਰਨ ਲਈ ਜਲਦੀ ਤਿਆਰ ਨਹੀਂ ਹੁੰਦਾ ਮਿਸਾਲ ਦੀ ਤੌਰ ਦੇਤੇ ਤੁਹਾਡੇ ਲਾਗੇ ਕੋਈ ਆ ਕੇ ਸ਼ਰਾਬੀ ਕਮਾਵੀ ਬਹਿ ਜਾਵੇ ਕੋਈ ਸਿਗਰਟ ਪੀਣ ਵਾਲਾ ਬਹਿ ਜਾਵੇ ਤੁਹਾਡੇ ਮੂੰਹ ਦੇ ਲਾਗੇ ਹੋ ਕੇ ਗੱਲ ਕਰੇ ਤੇ ਮੇਰਾ ਖਿਆਲ ਤੁਸੀਂ ਉਹਦਾ ਮੂੰਹ ਫੜ ਕੇ ਪਰੇ ਨੂੰ ਕਰ ਦਿਓ ਵੀ ਆਪਣੇ ਜਿਹੜੀ ਆ ਹੜਵਾਹਟ ਨੂੰ ਮੇਰੇ ਤੋਂ ਪਰੇ ਕਰ ਤੇਰੇ ਮੂੰਹ ਚੋਂ ਕਿਹਡੀ ਸਮੈਲ ਆ ਰਹੀ ਹੈ ਸਿਗਟਾਂ ਦੀ ਤੇਰੇ ਮੂੰਹ ਚੋਂ ਕਿਹਡੀ ਸਮੈਲ ਆ ਰਹੀ ਹੈ ਸ਼ਰਾਬ ਦੀ ਔਰ ਧਾਨੇ ਆ ਔਰਤਾਂ ਜਿਹੜੀਆਂ ਇਹੋ ਜਿਹੇ ਬਦਬੂਦਾਰ ਲੋਕਾਂ ਦੇ ਨਾਲ ਜ਼ਿੰਦਗੀ ਗੁਜ਼ਾਰ ਜਾਂਦੀਆਂ ਪਤੀ ਦੀ ਆਦਤ ਗਾਲਾਂ ਕੱਢਣ ਦੀ ਹੈ। ਬਦਲੇ ਦੇ ਵਿੱਚ ਪਤਨੀ ਗਾਲਾਂ ਕੱਢ ਕੇ ਜ਼ਿੰਦਗੀ ਨਹੀਂ ਗੁਜ਼ਾਰਦੀ। ਤੇ ਜਿਹੜੀ ਗਾਲਾਂ ਕੱਢਣ ਲੱਗ ਪਵੇ ਫਿਰ ਉਹ ਜ਼ਿੰਦਗੀ ਗੁਜ਼ਰਦੀ ਨਹੀਂ। ਤੇ ਜਿੰਨ ਪਤਾ ਹੋਵੇ ਮੈਂ ਗੁਜ਼ਾਰਨੀ ਆ ਉਹ ਫਿਰ ਉਹਦੀ ਆਦਤ ਨੂੰ ਪਾ ਲੈਂਦੀ ਹੈ ਤੇ ਉਹ ਸਮਝ ਨਹੀਂ ਲੈਂਦੀ ਤੇ ਕੰਮ ਹੈ। ਇਹਨੇ ਤੇ ਇਦਾਂ ਕਰਨਾ ਹੀ ਆ ਇਹਦਾ ਕੰਮ ਖਿਜਣਾ ਆ ਇਹਦਾ ਕੰਮ ਗਾਲਾਂ ਕੱਢਣਾ ਆ ਇਹਦਾ ਕੰਮ ਸ਼ਰਾਬ ਪੀਣਾ ਇਹਦਾ ਕੰਮ ਸਿਕਟਾ ਪੀਣਾ ਇਹਦਾ ਕੰਮ ਜੂਆ ਖੇਡਣਾ ਇਹਦਾ ਕੰਮ ਗੰਦੀ ਸੰਗਤ ਕਰਨ ਇਹ ਤੇਦਾ ਕੰਮ ਆ ਇਹਨੇ ਬਾਜਨੇ ਹੋਣਾ ਪਰ ਮੈਂ ਹੁਣ ਜਦੋਂ ਆਪਣੇ ਆਪ ਨੂੰ ਇਸ ਸਮਰਪਣ ਕਰ ਦਿੱਤਾ ਇਹਦੇ ਅਧੀਨ ਕਰ ਦਿੱਤਾ ਤੇ ਮੈਂ ਤੇ ਜ਼ਿੰਦਗੀ ਚਰਾਉਣੀ ਆ ਕਿਉਂਕਿ ਇਹਨੂੰ ਛੱਡ ਕੇ ਵੀ ਮੇਰਾ ਗੁਜ਼ਾਰਾ ਨਹੀਂ ਜਿਵੇਂ ਛੱਡਦੀ ਤਾਂ ਵੀ ਉਂਗਲੀਆਂ ਮੇਰੇ ਉੱਤੇ ਉੱਠਣੀਆਂ ਸਮਝੋਤਾ ਕਰਦੇ ਸਮਝੋਤਾ ਮਜਬੂਰੀ ਨਹੀਂ ਆ ਖਾਲੀ ਬਲਕੇ ਸਮਝੋਤਾ ਇਸ ਲਈ ਹੈ ਕਿ ਜ਼ਿੰਦਗੀ ਗੁਜ਼ਾਰਨੀ ਹੈ ਤੇ ਆਦਤ ਨੂੰ ਸਮਝ ਲਿਆ ਜਾਵੇ ਤੇ ਫਿਰ ਆਦਤ ਜਦੋਂ ਸਮਝ ਆ ਜਾਂਦੀ ਹੈ ਤੇ ਫਿਰ ਜ਼ਿੰਦਗੀ ਗੁਜ਼ਰ ਜਾਂਦੀ ਕਦੀ ਗੌਰ ਕਰਿਓ ਤੁਸੀਂ ਸ਼ਰਾਬ ਨਾ ਪੀਂਦੇ ਹੋਵੇ ਤੇ ਤੁਹਾਡੀ ਤੀਵੀਂ ਸ਼ਰਾਬ ਪਿੰਦੀ ਹੋਵੇ ਕਿੰਨੇ ਦਿਨ ਕੱਢੋਗੇ ਉਹਦੇ ਨਾਲ ਤੁਸੀਂ ਸਿਗਰਟ ਨਾ ਪੀਂਦੇ ਹੋਵੇ ਤੁਹਾਡੀ ਤੀਵੀਂ ਸਿਗਰਟ ਪਿੰਦੀ ਹੋਵੇ ਕਿੰਨਾ ਟਾਈਮ ਕੱਢੋਗੇ ਉਹਦੇ ਨਾਲ ਤੁਸੀਂ ਗਾਲਾਂ ਕੱਢਣ ਵਾਲੇ ਨਾ ਹੋ ਪਰ ਤੁਹਾਡੀ ਤੀਵੀ ਤੁਹਾਨੂੰ ਡੇਢੀ ਗਾਲਾਂ ਕੱਢੇ ਤੇ ਕਿੰਨਾ ਕ ਸਮਾਂ ਗੁਜ਼ਾਰ ਲੋਗੇ ਉਹਦੇ ਨਾਲ ਕਿੰਨਾ ਕ ਚੱਲਣਾ ਸੁਖਾਲਾ ਹੋ ਜਾਵੇਗਾ ਬੜਾ ਮੁਸ਼ਕਲ ਆ ਪਰ ਜੇ ਆਦਤ ਸਮਝ ਆ ਜਾਵੇ ਤੇ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਐਸੇ ਮਰਦਾਂ ਨੂੰ ਵੀ ਮੈਂ ਜਾਣਦਾ ਦੇਖਿਆ ਆ ਜਿਨ੍ਹਾਂ ਨੂੰ ਔਰਤਾਂ ਨੇ ਐਨ ਤੀਰ ਵਾਂਗੂ ਸਿੱਧਾ ਕਰਕੇ ਰੱਖਿਆ ਤੇ ਉਹ ਔਰਤ ਦੀ ਆਦਤ ਨੂੰ ਪਾ ਗਏ ਤੇ ਫਿਰ ਉਸ ਆਦਤ ਨੂੰ ਪਾਉਣ ਦਾ ਕਰਕੇ ਉਹਨਾਂ ਨੇ ਵੀ ਇਹ ਫੈਸਲਾ ਲੈ ਲਿਆ ਕਿ ਇਹਦੀ ਇਹ ਆਦਤ ਹੈ ਉਹ ਆਦਤ ਨੂੰ ਜਾਣ ਗਏ ਤੇ ਉਹਦੇ ਨਾਲ ਉਹਨੇ ਜ਼ਿੰਦਗੀ ਨਿਭਾ ਕੇ ਸੋ ਮੁੱਕ ਦੀ ਗੱਲ ਜੇ ਇਸ ਪਰਮੇਸ਼ਵਰ ਦੇ ਨਾਲ ਅਸੀਂ ਚੱਲਣਾ ਔਰ ਅਸੀਂ ਚਾਹੁੰਦੇ ਕਿ ਉਹਦੇ ਨਾਲ ਲੰਬਾ ਸਮਾਂ ਚੱਲੀ ਤੇ ਫਿਰ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੀ ਆਦਤ ਨੂੰ ਸਮਝੀਏ ਇਹ 66 ਕਿਤਾਬਾਂ ਦੀ ਜਿਹੜੀ ਬਾਈਬਲ ਸਾਡੇ ਕੋਲ ਆ ਨਾ ਇਹ ਜਿਹੜੀ ਖੁਦਾ ਦੇ ਪਵਿੱਤਰ ਆਤਮਾ ਦੇ ਦੁਆਰਾ ਲਿਖਾਈ ਗਈ ਰਸੂਲਾਂ ਨਬੀਆਂ ਦੇ ਦੁਆਰਾ ਸੰਤਾਂ ਦੇ ਦੁਆਰਾ ਲਿਖੀ ਗਈ ਇਹ 66 ਕਿਤਾਬਾਂ ਦੇ ਵਿੱਚ ਪਰਮੇਸ਼ਵਰ ਨੇ ਆਪਣੀ ਆਦਤ ਨੂੰ ਹੀ ਸਾਨੂੰ ਸਮਝਾਇਆ ਜੇ ਤੁਸੀਂ ਮੇਰੇ ਨਾਲ ਚੱਲਣਾ ਤੇ ਮੇਰੀ ਆਦਤ ਆਇਆ ਤੁਹਾਨੂੰ ਮੇਰੀ ਆਦਤ ਸਮਝ ਕੇ ਮੇਰੇ ਨਾਲ ਚੱਲਣਾ ਪੈਣਾ ਤੁਹਾਡੀ ਆਦਤ ਨੂੰ ਮੈਨੂੰ ਸਮਝ ਨਹੀਂ ਕਿਉਂਕਿ ਤੁਸੀਂ ਤੇ ਮੇਰੀ ਬਣਾਈ ਹੋਈ ਮੇਰੇ ਹੀ ਸਾਜੇ ਹੋਏ ਹੋ ਤੁਸੀਂ ਤੇ ਮੇਰੀ ਰਚਨਾ ਹੋ ਮੈਨੂੰ ਤੇ ਪਤਾ ਹੀ ਆ ਤੁਹਾਡੀ ਆਦਤ ਦਾ ਆਦਤ ਤਾਂ ਹੀ ਪਤਾ ਮੈਂ ਤੁਸੀਂ ਕਦੋਂ ਆਉਣਾ ਤੇ ਕਦੋਂ ਕੀ ਕਰਨਾ ਮੈਨੂੰ ਤਾਂ ਪਤਾ ਪਰ ਜੇ ਤੁਸੀਂ ਚੱਲਣਾ ਤੇ ਮੇਰੇ ਨਾਲ ਚੱਲਣ ਦੀ ਇੱਕੋ ਸ਼ਰਤ ਹੈ ਕਿ ਤੁਹਾਨੂੰ ਮੇਰੀ ਆਦਤ ਨੂੰ ਸਮਝਣਾ ਪੈਣਾ ਹਨੋਕ 300 ਸਾਲ ਪਰਮੇਸ਼ਵਰ ਦੇ ਨਾਲ ਚੱਲਦਾ ਰਿਹਾ ਵਜ੍ਹਾ ਪਤਾ ਕੀ ਸੀ ਪਰਮੇਸ਼ਵਰ ਦੀ ਆਦਤ ਤੋਂ ਵਾਕਿਫ ਸੀ ਅਬਰਾਹਮ ਪਰਮੇਸ਼ਵਰ ਨੇ ਬੁਲਾਇਆ ਲੰਬਾ ਸਮਾਂ ਪਰਮੇਸ਼ਵਰ ਦੇ ਨਾਲ ਚੱਲਿਆ ਵਜਾ 21 ਪਰਮੇਸ਼ਵਰ ਦੀ ਆਦਤ ਨੂੰ ਸਮਝ ਗਿਆ ਸੀ موسی ਮੌਤ ਦੇ ਡਰ ਤੋਂ ਭੱਜ ਕੇ ਵਾਪਸ ਉਸੇ ਜਗ੍ਹਾ ਤੇ ਆ ਗਿਆ ਇਸ ਲਈ ਕਿ ਪਰਮੇਸ਼ਰ ਦੀ ਆਦਤ ਨੂੰ ਸਮਝਦਾ ਸੀ 다উদ ਪਰਮੇਸ਼ਰ ਦੀ ਆਦਤ ਨੂੰ ਸਮਝਦਾ ਸੀ ਜਿਹੜਾ ਵੀ ਸ਼ਖਸ ਪਰਮੇਸ਼ਰ ਦੀ ਆਦਤ ਨੂੰ ਸਮਝ ਜਾਵੇ ਉਹਦੇ ਲਈ ਪਰਮੇਸ਼ਰ ਦੇ ਨਾਲ ਚੱਲਣਾ ਬੜਾ ਹੀ ਆਸਾਨ ਹੋ ਜਾਂਦਾ ਆਮ ਤੁਸੀਂ ਸੁਣਿਆ ਹੋਣਾ ਲੋਕਾਂ ਦੇ ਵਿੱਚ ਆਮ ਗੱਲ ਕਹੀ ਜਾਂਦੀ ਨਾ ਜੀ ਪਰਮੇਸ਼ਵਰ ਦੇ ਤੇ ਹੁਕਮ ਪੂਰੇ ਕਰਨੇ ਬੜੇ ਔਖੇ ਆ ਪਰਮੇਸ਼ਵਰ ਦੇ ਤੇ ਹੁਕਮਾਂ ਦੇ ਤੇ ਚੱਲਣਾ ਬੜਾ ਔਖਾ ਪਰਮੇਸ਼ਵਰ ਦੇ ਵਿੱਚ ਤੇ ਬਣੇ ਰਹਿਣਾ ਬੜਾ ਔਖਾ ਕੌਣ ਇੰਨੀਆਂ ਗੱਲਾਂ ਨੂੰ ਪੂਰਿਆਂ ਕਰ ਸਕਦਾ ਕੌਣ ਇੰਨੀਆਂ ਗੱਲਾਂ ਦੇ ਵਿੱਚ ਰਹਿ ਸਕਦਾ ਹੈ ਕੌਣ ਇਦਾਂ ਕਰ ਸਕਦਾ ਹੈ ਇਹ ਗੁਨਾਹ ਦੇ ਵਿੱਚ ਮਸਤ ਰਹਿਣ ਵਾਲੇ ਲੋਕਾਂ ਦੇ ਬਹਾਨੇ ਹੁੰਦੇ ਆ ਜਦ ਕਿ ਪਰਮੇਸ਼ਰ ਦੁਨੀਆ ਵਿੱਚ ਜਿਹੜਾ ਸਭ ਤੋਂ ਸੌਖਾ ਕੰਮ ਹੈ ਨਾ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਸੌਖਾ ਕੰਮ ਹੈ ਉਹ ਹੈ ਪਰਮੇਸ਼ਰ ਦੇ ਨਾਲ ਚੱਲਣਾ ਸਭ ਤੋਂ ਸੌਖਾ ਕੰਮ ਇਸ ਤੋਂ ਸੌਖਾ ਕੰਮ ਹੈ ਹੀ ਨਹੀਂ ਸਿਰਫ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਚੱਲ ਰਹੇ ਹੋ ਹੈ ਕੌਣ ਤੁਹਾਨੂੰ ਦੀ ਆਦਤ ਦਾ ਪਤਾ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਚੱਲ ਰਹੇ ਹੋ ਹੈ ਕੌਣ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਕਹਿ ਕੇ ਜਿਹੜਾ ਮੁੱਕਰਦਾ ਨਹੀਂ ਅਸੀਂ ਉਹਤੇ ਭਰੋਸਾ ਕੀਤਾ ਹੈ ਇਸ ਲਈ ਸਾਡਾ ਉਹਦੇ ਨਾਲ ਚੱਲਣਾ ਮੁਸ਼ਕਲ ਨਹੀਂ ਉਹ ਬਲ ਦੀ ਅੱਗ ਦੀ ਭੱਠੀ ਦੇ ਵਿੱਚ ਵੀ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਆ ਇਸ ਲਈ ਉਹ ਮੇਰੀ ਹਾਨੀ ਨਾ ਹੋਣ ਦੇਵੇਗਾ ਇਸ ਲਈ ਉਹਦੇ ਨਾਲ ਚੱਲਣਾ ਕੋਈ ਔਖਾ ਹੀ ਨਹੀਂ ਭਾਵੇਂ ਮੌਤ ਦੀ ਵਾਦੀ ਦੇ ਵਿੱਚੋਂ ਦੀ ਹੋ ਕੇ ਗੁજરા ਪਰ ਨਾ ਡਰਾਂਗਾ ਕਿਉਂਕਿ ਇਹ ਯਹੋਵਾ ਤੂੰ ਜੋ ਮੇਰੇ ਨਾਲ ਆ ਇਹ ਜਾਣ ਲਈ ਤਿਆਰ ਆ ਮੌਤ ਦੀ ਵਾਦੀ ਦੇ ਵਿੱਚ ਕਿਉਂ ਉਦੀ ਆदतတော့ ਵਾਕਿਆ ਇਹਨੂੰ ਪਤਾ ਜਿਉ ਮੌਤਦੀਵਾਦੀ ਦੇ ਵਿੱਚ ਲੈ ਕੇ ਵੀ ਜਾਓ ਤਾਂ ਵੀ ਉਹਦੀ ਰਜਾਇਆ ਲੇਕਿਨ ਇੱਕ ਗੱਲ ਪੱਕੀ ਹੈ ਉਹ ਮੈਨੂੰ ਛੱਡੇਗਾ ਨਹੀਂ ਇਸ ਲਈ ਜਿਹੜੇ ਬੇਦਿਲ ਹੁੰਦੇ ਆ ਪ੍ਰਭੂ ਦੇ ਵਿੱਚ ਆ ਕੇ ਜਿਹੜੇ ਭਰੋਸਾ ਗਵਾ ਬਿੰਦੇ ਜਿਨ੍ਹਾਂ ਦੇ ਵਿਸ਼ਵਾਸ ਦੇ ਵਿੱਚ ਗ੍ਰਾਵਟ ਆ ਜਾਂਦੇ ਉਹਨਾਂ ਦੀ ਗ੍ਰਾਵਟ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਨਾ ਉਹ ਇਹ ਹੈ ਨੰਬਰ 1 ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ ਨੰਬਰ 2 ਉਹਨਾਂ ਦੇ ਵਿੱਚ ਉਹ ਸਬਰ ਨਹੀਂ ਹੈ ਜਿਹੜਾ ਸਬਰ ਇੱਕ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਦੇ ਵਿੱਚ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਨੂੰ ਪਵਿੱਤਰ ਆਤਮਾ ਮਿਲਿਆ ਅਗਰ ਉਹਦੇ ਵਿੱਚ ਸਬਰ ਨਹੀਂ ਜਿਹਨੂੰ ਪਵਿੱਤਰ ਆਤਮਾ ਮਿਲਿਆ ਅਗਰ ਉਹਦੇ ਵਿੱਚ ਸਬਰ ਨਹੀਂ ਆ ਤੇ ਫਿਰ ਉਹ ਟੈਸਟ ਕਰਵਾਵੇ ਵੀ ਜਿਹਨੂੰ ਪਵਿੱਤਰ ਆਤਮਾ ਸਮਝਦਾ ਆ ਉਹ ਪਵਿੱਤਰ ਆਤਮਾ ਹੈ ਵੀ ਹੈਕ ਨਹੀਂ ਕਿਉਂਕਿ ਜਦੋਂ ਪਵਿੱਤਰ ਆਤਮਾ ਮਿਲਦਾ ਪਵਿੱਤਰ ਆਤਮਾ ਦੀਆਂ ਸਾਰੀਆਂ ਖੂਬੀਆਂ ਸਾਰੇ ਗੁਣਾ ਦੇ ਨਾਲ ਮਿਲਦਾ ਪਵਿੱਤਰ ਆਤਮਾ ਦੇ ਵਿੱਚ ਸਬਰ ਹੈ ਸੰਯਮ ਹੈ ਸਮਰਥਾ ਹੈ ਹਰ ਚੀਜ਼ ਨੂੰ ਫੇਸ ਕਰਨ ਦੀ ਕੁਦਰਤ ਹੈ ਔਰ ਜਿਹੜਾ ਮਨੁੱਖ ਪਵਿੱਤਰ ਆਤਮਾ ਪਾਇਆ ਹੋਇਆ ਹੋਵੇ ਤੇ ਉਹਦੇ 'ਚ ਸਬਰ ਨਾ ਹੋਵੇ ਇਹਦਾ ਮਤਲਬ ਹੈ ਉਹ ਜਿਸ ਨੂੰ ਪਵਿੱਤਰ ਆਤਮਾ ਸਮਝਦਾ ਆ ਉਹ ਫੇ ਪਵਿੱਤਰ ਆਤਮਾ ਹੈ ਨਹੀਂ ਪਵਿੱਤਰ ਆਤਮਾ ਤੁਹਾਨੂੰ ਕਦੇ ਡੋਲਣ ਨਹੀਂ ਦੇ ਸਕਦਾ ਉਹ ਤੁਹਾਨੂੰ ਕਦੇ ਹਾਰਨ ਨਹੀਂ ਦੇ ਸਕਦਾ ਉਹ ਹਮੇਸ਼ਾ ਤੁਹਾਨੂੰ ਫਤਿਹਮੰਦ ਬਣਾਉਂਦਾ ਇਸ ਲਈ ਆਦਤ ਨੂੰ ਸਮਝੀਏ ਪਹਿਲਾਂ ਸਭ ਤੋਂ ਪਹਿਲਾਂ ਕੀ ਕਰੀਏ ਪਰਮੇਸ਼ਵਰ ਦੀ ਆਦਤ ਨੂੰ ਸਮਝੀਏ ਚੰਗਾ ਭਲਾ ਨਾਲ ਚੱਲਦਾ ਚੱਲਦਾ ਉਹ ਕਈ ਵਾਰੀ ਥੋੜੀ ਦੇਰ ਸਾਈਡ ਨੂੰ ਹੋ ਜਾਂਦਾ ਤੇ ਉਹਦਾ ਸਾਈਡ ਤੇ ਹੋਣਾ ਇਹ ਨਹੀਂ ਵੀ ਤੁਹਾਨੂੰ ਛੱਡ ਦਿੱਤਾ ਤੇ ਜਿਹੜਾ ਇਹ ਸਮਝਦਾ ਇਹਦਾ ਮਤਲਬ ਹੈ ਪਰਮੇਸ਼ਵਰ ਦੀ ਆਦਤ ਤੋਂ ਵਾਕਿਫ ਨਹੀਂ ਹੈ ਮੇਰੀ ਦੋਤੀ ਅਜੇ ਮੇਰਾ ਕਿ ਮਹੀਨੇ ਦੀ ਹੋਈ ਕੱਲ ਇੱਕ ਮਹੀਨੇ ਦਾ ਬੱਚਾ ਉਹਨੂੰ ਜਿੱਦਾਂ ਹੀ ਬੈੱਡ ਤੇ ਪਾ ਦਿੰਦੇ ਆ ਅੱਧਾ ਕੁ ਮਿੰਟ ਕਿ ਜਾਂ ਮਿੰਟ ਵੀ ਨਹੀਂ ਕੱਢਦੇ ਤੇ ਉੱਥੇ ਉਹ ਪਾਸੇ ਪਲਟਣ ਲੱਗ ਪੈਂਦੀ ਤੇ ਰੋਣ ਲੱਗ ਪੈਂਦੀ ਉਹਨੂੰ ਚੁੱਕ ਲੋ ਗੋਦ ਦੇ ਵਿੱਚ ਤੇ ਬੜੀ ਸੋਹਣੀ ਹੈ ਮਹੀਨੇ ਦੇ ਬੱਚੇ ਉਹਨੂੰ ਪਤਾ ਮੈਂ ਰੋਣਾ ਤੇ ਮੈਨੂੰ ਖੁਰਾਕ ਮਿਲਣੀ ਹੈ ਹਾਲਾਂਕਿ ਉਹਦੇ ਕੋਲ ਬੁੱਧ ਹੈ ਪਰ ਜੇ ਉਸ ਢੰਗ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੀ ਕਾਨੇ ਆ ਪਰ ਉਸ ਤਰੀਕੇ ਨਾਲ ਜੇ ਸਮਝ ਨਹੀਂ ਸਕਦੀ ਅੱਖਾਂ ਆ ਦੇਖਦੀ ਆ ਪਰ ਕੁਛ ਪ੍ਰਤੀਕਿਰਿਆ ਜਿਹੜੀ ਹੋਣੀ ਚਾਹੀਦੀ ਹੈ ਉਹ ਅਜੇ ਹੈ ਨਹੀਂ ਜੁਬਾਨ ਹੈ ਪਰ ਬੋਲ ਨਹੀਂ ਸਕਦੇ ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੈਗੀਆਂ ਆਦਤ ਨੂੰ ਪਤਾ ਉਹਨੂੰ ਕਿ ਇਹਨਾਂ ਨੇ ਮੈਨੂੰ ਬੈੱਡ ਤੇ ਪਾਇਆ ਹੁਣ ਮੈਂ ਇਧਰ ਉਧਰ ਪਾਸੇ ਲਿਆ ਕੇ ਤੇ ਥੋੜਾ ਜਿਹਾ ਆਪਣੇ ਚਿਹਰੇ ਦਾ ਮੂਡ ਵਿਗਾੜੂਗੀ ਤੇ ਥੋੜਾ ਰਹੂੰਗੀ ਤੇ ਇਹਨਾਂ ਨੇ ਮੈਨੂੰ ਚੁੱਕ ਲੈਣਾ ਜਦੋਂ ਚੁੱਕ ਲੈਣੇ ਤਾਂ ਬੜੀ ਸੋਹਣੀ ਹੈ 1 ਮਹੀਨੇ ਦੀ ਬੱਚੀ 1 ਮਹੀਨੇ ਦੀ ਬੱਚੀ ਸਮਝ ਗਈ ਆ ਆਪਣੇ ਮਾਪੇ ਬਾਪ ਨੂੰ ਆਪਣੇ ਘਰ ਦੇਆਂ ਨੂੰ ਉਹਨੂੰ ਪਤਾ ਮੈਂ ਰੋਈ ਤੇ ਇਹਨਾਂ ਪਤਾ ਮੇਰੇ ਰੋਣ ਦਾ ਕਾਰਨ ਕੀ ਹੈ ਵੀ ਤੁਸੀਂ ਮੈਨੂੰ ਬੈੱਡ ਤੇ ਪਾ ਦਿੱਤਾ ਤੇ ਅਸੀਂ ਚੁੱਕ ਲੈਨੇ ਆ ਤੇ ਰੋਣਾ ਬੰਦ ਆਦਤ ਸਮਝ ਗਏ ਤੇ ਮੈਂ ਕੀ ਦੱਸ ਸਕਦਾ ਜਿਉਣਾ ਤੁਹਾਨੂੰ ਪਰਮੇਸ਼ਵਰ ਦੀ ਆਦਤ ਨੂੰ ਸਮਝੋ ਚੱਲਣਾ ਬੜਾ ਸੌਖਾ ਅਸੀਂ ਕਹਿੰਨੇ ਨਹੀਂ ਸਾਨੂੰ ਤੇਰੀ ਆਦਤ ਤਨ ਕੋਈ ਲੈਣਾ ਦੇਣਾ ਨਹੀਂਗਾ ਤੂੰ ਸਾਡੀ ਆਦਤ ਸਮਝ ਤੇ ਜਿਹੜੇ ਫਿਰ ਆਪਣੀ ਆਦਤ ਸਮਝਾਉਂਦੇ ਆ ਉਹ ਫਿਰ ਆਪਣੀਆਂ ਆਦਤਾਂ ਵਿੱਚ ਹੀ ਫਸ ਜਾਂਦੇ ਇਸ ਲਈ ਇੱਕ ਬੱਚੇ ਨੂੰ ਜਦੋਂ ਪਤਾ ਆ ਨਾ ਇੱਕ ਦੁੱਧ ਪਿੰਦੇ ਬੱਚੇ ਨੂੰ ਪਤਾ ਤੇ ਹੁਣ ਜੇ ਅਸੀਂ ਪਰਮੇਸ਼ਵਰ ਦੇ ਨਾਲ ਚੱਲਣਾ ਤੇ ਸਾਨੂੰ ਪਰਮੇਸ਼ਵਰ ਬਾਰੇ ਪਤਾ ਹੋਣਾ ਚਾਹੀਦਾ ਕਿ ਜੇ ਉਹਨੇ ਮੈਨੂੰ ਮੇਰੇ ਨਾਲ ਚੱਲਦੇ-ਚੱਲਦੇ ਮੇਰਾ ਹੱਥ ਛੱਡਿਆ ਆ ਤੇ ਇਹਦਾ ਸਿੱਧਾ-ਸਿੱਧਾ ਤਰੀਕਾ ਇਸ ਐਗਜ਼ਾਮਪਲ ਦੇ ਨਾਲ ਸਮਝ ਲੈਂਦੇ ਹੋ ਤੁਸੀਂ ਬੱਚੇ ਨੂੰ ਜਦੋਂ ਅਸੀਂ ਤਰਉਣਾ ਸਿਖਾਉਂਦੇ ਨਾ ਤੇ ਅਸੀਂ ਉਹਦਾ ਹੱਥ ਫੜ ਕੇ ਉਹਨੂੰ ਹੌਲੀ-ਹੌਲੀ ਤਰੋਨੇ ਹਨਾ ਅੱਜ ਕੱਲ ਤੇ ਵਾਕਰ ਵਗੈਰਾ ਆ ਗਏ ਫੇ ਉਹ ਚ ਪਾ ਦਿੰਦੇ ਆ ਉਹਦੇ ਨਾਲ ਤੁਰਦਾ ਆ ਫਿਰ ਅਸੀਂ ਉਹਦੀ ਛੁਰੂ-ਛੁਰੂ ਚ ਉਂਗਲੀ ਫੜ ਕੇ ਤੇ ਦੋਨੇ ਹੱਥ ਫੜ ਕੇ ਹੌਲੀ-ਹੌਲੀ ਉਹਨੂੰ ਪ੍ਰੈਕਟਿਸ ਕਰਾਉਨੇ ਪ੍ਰੈਕਟਿਸ ਕਰਾਉਂਦੇ ਆ ਕਰਾਉਂਦੇ ਆ ਜਦੋਂ ਅਸੀਂ ਉਹਦੇ ਹੱਥ ਫੜੇ ਹੁੰਦੇ ਆ ਤੇ ਉਹਦੇ ਹੱਥ ਨੂੰ ਛੱਡ ਦੇਨੇ ਤੇ ਉਹ ਮਾਪਿ ਉਹ ਹੁਣ ਦੱਸੇ ਜਿਹੜਾ ਇਹ ਸਭ ਕੁਝ ਕਰ ਰਿਆ ਹੋਵੇ ਤੇ ਹੱਥ ਛੱਡ ਦੇਵੇ ਤੇ ਬੱਚੇ ਨੂੰ ਚੱਕੇ ਉਦੋਂ ਜਦੋਂ ਉਹ ਮੋਦੇ ਮੂੰਹ ਡਿੱਗੇ ਤੇ ਉਹਦਾ ਨੱਕ ਮੂੰਹ ਪਾੜ ਜਵੇ ਇਦਾਂ ਦਾ ਕੋਈ ਨਹੀਂ ਇਦਾਂ ਦਾ ਮਾਪਾਪ ਕੋਈ ਨਹੀਂ ਬਲਕਿ ਉਹ ਹੱਥ ਫੜਿਆ ਹੁੰਦਾ ਤੇ ਬੱਚੇ ਨੂੰ ਤਰਾਉਂਦੇ ਆ ਤੇ ਥੋੜੀ ਜਿਹਾ ਛੱਡਦੇ ਆ ਜਦੋਂ ਦੇਖਦੇ ਵੀ ਨਹੀਂ ਉਹਦਾ ਬੈਲੈਂਸ ਹੀ ਬਣਿਆ ਨਾਲ ਹੀ ਫੜ ਲੈਂਦੇ ਇੱਕ ਸਰੀਰਕ ਰਿਸ਼ਤਾ ਹੋਣ ਦੇ ਨਾਤੇ ਅਸੀਂ ਬੱਚੇ ਦੀ ਹਾਨੀ ਕਦੇ ਨਹੀਂ ਚਾਹੁੰਦੇ ਉਹ ਜਿਹਦੇ ਨਾਲ ਆਤਮਿਕ ਰਿਸ਼ਤਾ ਅਸੀਂ ਬਣਾਇਆ ਉਹ ਜਿਹੜਾ ਸਾਡਾ ਆਤਮਿਕ ਪਿਤਾ ਪਰਮੇਸ਼ਵਰ ਹੈ ਉਹ ਜਿਨੇ ਸਾਡੇ ਪ੍ਰਾਣ ਤੇ ਆਤਮਾ ਨੂੰ ਸਾਡੇ ਸਰੀਰ ਦੇ ਵਿੱਚ ਰਚਿਆ ਜੇ ਅਸੀਂ ਨਹੀਂ ਛੱਡਦੇ ਤੇ ਪਿਆਰੇ ਜੀਜੋ ਤੁਸੀਂ ਮੈਨੂੰ ਦੱਸੋ ਜੇ ਅਸੀਂ ਨਹੀਂ ਛੱਡਦੇ ਤੇ ਉਹ ਛੱਡ ਸਕਦਾ ਲਿਖਿਆ ਵਚਨ ਦੇ ਵਿੱਚ ਤੇਰੀ ਜਨਮ ਦੇਣ ਵਾਲੀ ਮਾਂ ਭਾਵੇਂ ਤੈਨੂੰ ਛੱਡ ਦੇਵੇ ਪਰਮਾਤਮਾ ਤੇਰਾ ਸਿਰਜਣਹਾਰ ਪਰਮੇਸ਼ਰ ਤੈਨੂੰ ਕਦੇ ਨਾ ਛੱਡਾਂਗਾ ਮੈਂ ਤੇਰੀ ਤਸਵੀਰ ਨੂੰ ਆਪਣੇ ਹੱਥਾਂ ਉੱਤੇ ਉਕਰਿਆ ਹੋਇਆ ਤੇ ਸਿੱਧਾ ਸਿੱਧਾ ਮਤਲਬ ਕੀ ਹੈ ਜੇ ਉਹ ਵੀ ਆਬਾਨ ਦੇ ਵਿੱਚ ਸਾਡਾ ਹੱਥ ਛੱਡਦਾ ਤੇ ਉਹਦੇ ਹੱਥ ਛੱਡਣ ਦਾ ਸਾਡੇ ਤੋਂ ਛਡਾਉਣ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਡਿੱਗ ਜਾਈਏ ਇਸ ਲਈ ਉਹਨੇ ਹੱਥ ਛੱਡਿਆ ਬਲਕਿ ਵਿਰੋਧੀ ਨੂੰ ਸ਼ਰਮਿੰਦਾ ਕਰਨ ਦੇ ਲਈ ਉਹ ਸਾਡਾ ਹੱਥ ਛੱਡਦਾ ਕਿਉਂਕਿ ਵਿਰੋਧੀ ਇਹ ਕਹਿੰਦਾ ਤੂੰ ਨਾਲ ਆ ਨਾ ਇਹ ਤਾਂ ਕਰਕੇ ਦਲੇਰੀ ਹੋ ਤੂੰ ਨਾਲ ਆ ਤਾਂ ਕਰਕੇ ਮੈਨੂੰ ਅੱਖਾਂ ਦਿਖਾਉਂਦਾ ਈਓ ਤੂੰ ਥੋੜਾ ਆਇਆ ਕਿਨਾਰਾ ਕਰ ਫਿਰ ਵੇਖ ਮੈਂ ਇਹਦੀਆਂ ਕਿਦਾਂ ਬੁੱਚੀਆਂ ਪਾਉਣਾ ਤੇ ਪਰਮੇਸ਼ਰ ਨਾਲ ਰਹਿ ਕੇ ਇੱਕ ਸ਼ਾਗਿਰਦ ਨੂੰ ਤਿਆਰ ਕਰਦਾ ਹੈ ਤੇ ਇੱਕ ਸ਼ਾਗਿਰਦ ਨੂੰ ਤਿਆਰ ਕਰਨ ਦੇ ਪਿੱਛੇ ਦੀ ਜਿਹੜੀ ਭਾਵਨਾ ਸਿਰਫ ਇੱਕੋ ਹੀ ਆ ਐਸੇ ਸ਼ੈਤਾਨ ਨੂੰ ਚਾਹੁੰਦਾ ਆ ਮੇਰਾ ਸ਼ਾਗਿਰਦ ਗੋਡਿਆਂ ਦੇ ਥੱਲੇ ਲਵੇ ਔਰ ਕਦੋਂ ਉਂਗਲੀ ਛੱਡ ਕੇ ਪਰੇ ਹੁੰਦਾ ਜਦੋਂ ਉਹਨੂੰ ਆਪਣੇ ਸ਼ਾਗਿਰਦ ਦੇ ਉੱਤੇ ਪੂਰਨ ਪਰ ਉਹ ਸਾਹ ਹੁਣ ਇਹਨੂੰ ਰਗੜ ਸਕਦਾ ਉਦੋਂ ਛੱਡਦਾ ਹੀ ਦੱਸ ਸੀ ਜੀ ਕਮਾਰਨ ਲੱਪੈਨੇ ਹਾਏ ਪ੍ਰਭੂ ਛੱਡ ਗਾਲੀ ਦਿੱਤਾ ਹਾਏ ਪ੍ਰਭੂ ਸੈੜ ਤੇ ਗਾਲੀ ਹੋ ਗਿਆ ਹਾਏ ਪ੍ਰਭੂ ਸਾਨੂੰ ਬਚਾਲਾ ਜਦੋਂ ਅਸੀਂ ਇਦਾਂ ਕਰਦੇ ਆ ਨਾ ਯਾਦ ਰੱਖੋ ਅਸੀਂ ਆਪਣੇ ਅਣਖ ਵਾਲੇ ਪਰਮੇਸ਼ਰ ਨੂੰ ਸ਼ੈਤਾਨ ਦੇ ਸਾਹਮਣੇ ਸ਼ਰਮਿੰਦਾ ਕਰਦੇ ਆਂ ਅਗਲਾ ਸਾਡੇ ਪਿਤਾ ਦੇ ਵੱਲ ਮੂੰਹ ਕਰਕੇ ਗੱਲ ਕਰਦਾ ਤੇ ਕਹਿੰਦਾ ਆਹ ਹੈ ਸੀ ਆਹ ਹੈ ਸੀ ਜਿਹਨੂੰ ਤੂੰ ਦਿੱਤਾ ਸੀ ਘਰ ਤੇ ਬੜੀਆਂ ਗਵਾਈਆਂ ਦਿੰਦਾ ਸੀ ਆਹ ਹੈ ਸੀ ਜਿਹਨੂੰ ਦਿੱਤੀ ਸੀ ਚਾਏ ਤੇ ਬੜੀਆਂ ਗਵਾਈਆਂ ਦਿੰਦਾ ਸੀ ਆਹ ਹੈ ਆ ਦੇਖ ਲੈ ਮਾੜਾ ਕਿ ਮੈਂ ਰਗੜਿਆ ਹੀ ਹੋ ਤੇ ਚੀਕਾਂ ਨਿਕਲ ਗਈਆਂ ਇਕ ਬਾਪ ਆਪਣੇ ਬੱਚੇ ਨੂੰ ਪਲਵਾਨ ਬਣਾਉਣਾ ਚਾਹੁੰਦਾ ਹੋਵੇ। ਔਰ ਪੂਰੀ ਮਿਹਨਤ ਲਾ ਦੇਵੇ। ਇਸ ਆਸ਼ਾ ਦੇ ਨਾਲ ਉਹਨੂੰ ਅਖਾੜੇ ਦੇ ਵਿੱਚ ਉਤਾਰੇ ਕਿ ਅਖਾੜੇ ਵਿੱਚ ਜਦੋਂ ਉਤਰੇ ਤੇ ਇਹ ਜਿੱਤ ਪਾ ਕੇ ਆਵੇ। ਤੇ ਕਿ ਉਹ ਬਾਪ ਜਿਹਨੇ ਅਖਾੜੇ ਦੇ ਵਿੱਚ ਆਪਣੇ ਪੁੱਤਰ ਨੂੰ ਉਤਾਰਿਆ ਉਹਨੂੰ ਪਤਾ ਨਹੀਂ ਇਹਦੇ ਘਸੁੱਣ ਪੈਣੇ ਆ। ਉਹਨੂੰ ਪਤਾ ਨਹੀਂ ਇਹਨੇ ਛੱਡ ਪੇਟ ਲੱਗਣੀ ਆ ਉਹਨੂੰ ਪਤਾ ਨਹੀਂ ਇਹਦੀ ਜਾਨ ਦੀ ਵੀ ਹਾਨੀ ਹੋ ਸਕਦੀ ਹੈ ਉਹਨੂੰ ਪਤਾ ਪਰ ਫਿਰ ਵੀ ਆਪਣੇ ਪੁੱਤਰ ਨੂੰ ਜਿੰਨ ਉਹ ਚਾਹੁੰਦਾ ਕਿ ਯੋਧਾ ਬਣੇ ਉਹਨੂੰ ਖਾੜੇ ਦੇ ਵਿੱਚ ਲੈ ਕੇ ਆਉਂਦਾ ਔਰ ਹੁਣ ਜਦੋਂ ਸਾਹਮਣੇ ਵਾਲੇ ਪਹਿਲਵਾਨ ਨੂੰ ਪੁੱਤਰ ਹਰਾ ਕੇ ਬਾਪ ਦੇ ਕੋਲ ਆਉਂਦਾ ਤੇ ਬਾਪ ਦਾ سینਾ ਚੌੜਾ ਹੋ ਜਾਂਦਾ ਫخر ਦੇ ਨਾਲ ਮੇਰਾ ਬੇਟਾ ਫਤਿਹਮੰਦ ਹੋ ਗਿਆ ਹੈ ਮੇਰਾ ਬੇਟਾ ਜੈ ਪਾ ਕੇ ਆਇਆ ਤੇ ਉਦੋਂ ਕਿੰਨੀ ਸ਼ਰਮਿੰਦਗੀ ਹੁੰਦੀ ਹੋਵੇਗੀ ਉਸੇ ਬਾਪ ਨੂੰ ਜਿਹਨੂੰ ਖਾੜੇ 'ਚ ਉਤਾਰਨ ਤੋਂ ਪਹਿਲਾਂ ਬਾਪ ਨੇ ਪੂਰੀ ਤਰ੍ਹਾਂ ਘਿਓ ਦੇ ਪੀਪੇ ਚੜਾਏ ਹੋਣ ਬਦਾਮ ਖਵਾਏ ਹੋਣ ਪੂਰੀ ਤਿਆਰੀ ਕਰਵਾਈ ਹੋਵੇ ਚੰਗੇ ਕੋਚਾਂ ਦੇ ਹੱਥ ਦੇ ਵਿੱਚ ਦਿੱਤਾ ਹੋਵੇ ਤੇ ਜਦੋਂ ਉਹ ਹਾਰਦਾ ਨਾ ਤੇ ਜਿਹਨੇ ਹਰਾਇਆ ਹੁੰਦਾ ਉਹਦੇ ਵੱਲ ਫਿਰ ਅੱਖ ਕਰਨੀ ਜਿਹੜੀ ਨਾ ਉਹ ਬੜੀ ਮੁਸ਼ਕਲ ਹੁੰਦੀ ਹੈ ਔਰ ਪਿਤਾ ਦੀ ਅੱਖ ਫਿਰ ਉਹਦੇ ਅੱਗੇ ਝੁਕਣ ਵਾਲੀ ਗੱਲ ਆ ਤੇ ਸਰੀਰਕ ਪਿਤਾ ਦੀ ਤੇ ਝੋਕੇ ਜਾਂਦੀ ਹੈ ਤੇ ਜਦੋਂ ਅਸੀਂ ਆਤਮਿਕ ਪਿਤਾ ਦੀ ਗੱਲ ਕਰੀਏ ਤੇ ਫਿਰ ਹਿਸਾਬ ਲਾਈਏ ਜਿੰਨੂੰ ਕੋਈ ਚੁਕਾ ਨਹੀਂ ਸਕਦਾ ਜਿੰਨੂੰ ਚੁਕਾਉਣ ਵਾਲਾ ਕੋਈ ਜੰਮਿਆ ਨਹੀਂ ਜਦੋਂ ਅਸੀਂ ਉਹਦੀ ਆਦਤ ਨੂੰ ਨਹੀਂ ਜਾਣਦੇ ਤੇ ਫਿਰ ਇਦਾਂ ਦੀਆਂ ਨਲਾਇਕੀਆਂ ਜਦੋਂ ਕਰਦੇ ਆਂ ਉਦੋਂ ਅਸੀਂ ਆਪਣੇ ਪਿਤਾ ਨੂੰ ਇੱਕ ਤਰ੍ਹਾਂ ਦੇ ਸਰੀਰਕ ਐਗਜ਼ੈਂਪਲ ਲਈਏ ਤੇ ਸ਼ੈਤਾਨ ਦੇ ਅੱਗੇ ਸ਼ਰਮਿੰਦਿਆ ਕਰਦੇ ਆਂ। ਉਹ ਉਸ ਅਗਿਰਦੇ ਤੋਂ ਫਿਰ ਪਰਮੇਸ਼ਰ ਕਿੰਨਾ ਕੁ ਖੁਸ਼ ਹੁੰਦਾ ਹੋਊਗਾ। ਅੱਗੇ ਉਹਦੇ ਉੱਤੇ ਕੀ ਭਰੋਸਾ ਰੱਖੂਗਾ? ਇਸ ਲਈ ਪਰਮੇਸ਼ਰ ਆਪ ਹੋਣ ਦਿੰਦਾ। ਇੱਥੇ ਜੋ ਕੁਝ ਕਰ ਰਹੇ ਆ ਨਾ ਪ੍ਰਭੂ ਇਹ ਹੋਣ ਦਿੱਤਾ ਤੇ ਉਸੇ ਲਾਈਨ ਨੂੰ ਪੜ ਕੇ ਸਮਾਪਤ ਕਰਾਂਗੇ ਫਿਰ ਕੱਲ ਖੁਦਾ ਨੇ ਅਗਰ ਮੌਕਾ ਦਿੱਤਾ ਇਸੇ ਤਰ੍ਹਾਂ ਜ਼ਿੰਦਗੀ ਰਹੀ ਤੇ ਪ੍ਰਭੂ ਦੀ ਆਮਦ ਦੇ ਵਿੱਚ ਅਗਰ ਦੇਰੀ ਆ ਤੇ ਫਿਰ ਇਹਦੇ ਅਗਲੇ ਹਿੱਸੇ ਨੂੰ ਸਿੱਖਾਂਗੇ ਲਾਈਨ ਅਸੀਂ ਇੱਕ ਪੜੀ ਸੀਗੀ ਮਰਕਸ ਦੀ ਅੰਜੀਲ 8 ਅਧਿਆਇ ਉਹਦੀ ਪਹਿਲੀ ਲਾਈਨ ਜਦ ਫਿਰ ਬੀੜ ਇਕੱਠੀ ਹੋਈ ਉਹਨਕੇ ਪਾਸ ਕੁਝ ਖਾਣੇ ਕੋ ਨਾ ਥਾ ਇਹ ਉਂਗਲੀ ਛੱਡੀ ਆ ਜੇ ਚੌਧਾ ਤੇ ਥੋੜਾ ਆਉਂਦੀ ਨਾ ਉਹ ਜਿੰਨਾ ਕ ਇਕੱਠਾ-ਕੁਠਾ ਕਰਕੇ ਲਗਾਏ ਸੀ ਨਾ ਜਿੰਨਾ ਕ ਕੱਢਦੇ ਪਰਮੇਸ਼ਰ ਉਹਨਾਂ ਕੀ ਫਿਰ ਭੱਜ ਸਕਦਾ ਸੀ ਲੇਕਿਨ ਇੱਥੇ ਥੋੜਾ ਆਉਣ ਦਿੱਤੇ ਕਿਉਂਕਿ ਪ੍ਰਭੂ ਨੇ ਮਨ ਦੇ ਵਿੱਚ ਠਾਣਿਆ ਅੱਜ ਮੈਂ ਇਹਨਾਂ ਦੇ ਵਿੱਚ ਕੁਝ ਕਰਾਂ ਤਾਂ ਕਿ ਇਹਨਾਂ ਦਾ ਵਿਸ਼ਵਾਸ ਹੋਰ ਵਧੇ ਇਸ ਲਈ ਜਿਹੜਾ ਕਮਜ਼ੋਰੀਆਂ ਬਿਮਾਰੀਆਂ ਲਾਚਾਰੀਆਂ ਇਹ ਸਭ ਆਉਂਦੀਆਂ ਆ ਉਦੋਂ ਸਮਝ ਲਿਆ ਕਰੋ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਕੁਝ ਕਰਨ ਜਾ ਰਿਹਾ ਹੈ ਇਸ ਲਈ ਖੁਦਾ ਦਾ ਦਾਸ ਸੰਤ ਪਾਲ ਉਸ ਫਕਰ ਦੇ ਨਾਲ ਕਹਿੰਦਾ ਜਦੋਂ ਕਹਿੰਦਾ ਮੈਂ ਨਿਰਵਲ ਹੁੰਦਾ ਨਾ ਜਦੋਂ ਮੈਂ ਕਮਜ਼ੋਰ ਹੁੰਦਾ ਉਦੋਂ ਹੀ ਤਾਕਤਵਰ ਹੁੰਦਾ ਸੋ ਇਸ ਲਈ ਕਈ ਵਾਰੀ ਪਰਮੇਸ਼ਰ ਪੂਰਾ ਖਾਲੀ ਕਰ ਦਿੰਦਾ ਤੇ ਪੂਰਾ ਖਾਲੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਪਰਮੇਸ਼ਵਰ ਸਾਡੇ ਤੇ ਕ੍ਰੋਧਵਾਨ ਹੋ ਗਿਆ ਉਹ ਪੂਰਾ ਖਾਲੀ ਕਰਕੇ ਪੂਰਾ ਭਰਦਾ ਹੀ ਤੇ ਜਦੋਂ ਪੂਰਾ ਭਰਦਾ ਨਾ ਉਹਦਾ ਨਜ਼ਾਰੇ ਕੁਝ ਹੋਰ ਹੁੰਦਾ ਹੈ ਅਸੀਂ ਖਾਲੀ ਹੋਣ ਤੋਂ ਡਰਦੇ ਹਾਲੀ ਨਾ ਹੋ ਜੇ ਪ੍ਰਭੂ ਖਾਲੀ ਨਾ ਹੋ ਜੇ ਪ੍ਰਭੂ ਖਾਲੀ ਨਾ ਹੋ ਜੇ ਪ੍ਰਭੂ ਖਾਲੀ ਉਹ ਨੇ ਹੋਣ ਦਿੱਤਾ ਕਿਉਂਕਿ ਕੁਝ ਕਰਨਾ ਚਾਹੁੰਦਾ ਦੁਨੀਆ ਨੂੰ ਕੁਝ ਸਨੇਹ ਦੇਣਾ ਚਾਹੁੰਦਾ ਤੇ ਅਸੀਂ ਆਪਣੀਆਂ ਕਮਜ਼ੋਰੀਆਂ ਦਾ ਕਰਕੇ ਉਹ ਪ੍ਰਭੂ ਸਾਡਾ ਜਿਹੜਾ ਦੁਨੀਆਂ ਨੂੰ ਕੁਝ ਸੁਨੇਹਾ ਦੇਣਾ ਚਾਹੁੰਦਾ ਸੀ ਰੋਕ ਦਿੰਨੇ ਆ ਅਸੀਂ ਰੋਕ ਦਿੰਨੇ ਗੁਨਾਹ ਕਰਦੇ ਆ ਇੱਥੇ ਆ ਕੇ ਜਰ ਕੇ ਸਾਨੂੰ ਚਾਹੀਦਾ ਪਿਤਾ ਤੇਰੀ ਇੱਛਾ ਪੂਰੀ ਹੋਵੇ ਜੋ ਤੁਸੀਂ ਚਾਹੁੰਦੇ ਹੋ ਉਹ ਹੋਵੇ ਅਗਰ ਮੇਰਾ ਨਿਰਬਲ ਹੋਣਾ ਤੇਰੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ ਤੇ ਮੈਨੂੰ ਨਿਰਬਲ ਹੋਣ ਦੇ ਅਗਰ ਮੇਰਾ ਬਿਮਾਰ ਹੋਣਾ ਤੇਰੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ ਤੇ ਮੈਨੂੰ ਬਿਮਾਰ ਹੋਣ ਦੇ ਅਗਰ ਮੇਰਾ ਗਰੀਬ ਹੋਣਾ ਤੇਰੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ ਤੇ ਮੈਨੂੰ ਗਰੀਬ ਹੋਣ ਦੇ ਅਗਰ ਤੇਰਾ ਮਕਸਦ ਮੇਰੀ ਆਪਣੀ ਮਹਿਮਾ ਨੂੰ ਪ੍ਰਗਟ ਕਰਨਾ ਆ ਕਿ ਮੈਂ ਜੇਲ੍ਹ ਚ ਜਾਵਾਂ ਤੇ ਮੈਨੂੰ ਜਾਣ ਦੇ ਵਰਸੀ ਡਰ ਜਾਣੇ ਬਣੂਗਾ ਕਿ ਤੇ ਪ੍ਰਭੂ ਨੇ ਲੋੜ ਨਹੀਂ ਸੀ ਚੇਲਿਆਂ ਨੂੰ ਬੁਲਾਉਂਦਾ ਚੇਲਾਂ ਕੋ ਮਦਦ ਥੋੜੀ ਮੰਗਣ ਲਈ ਪ੍ਰਭੂ ਨੇ ਬੁਲਾਇਆ ਕੀ ਲਿਖਿਆ ਪੜਿਆ ਸੀ ਤਾਂ ਉਸਨੇ ਆਪਣੇ ਚੇਲੋਂ ਕੋ پاس ਬੁਲਾ ਕੇ ਉਸੇ ਕਹਾ ਤੇ ਚੇਲਿਆਂ ਕੋ ਮਦਦ ਨਹੀਂ ਮੰਗਣ ਦੇ ਪ੍ਰਭੂ ਇਸਮ ਸੀ ਅਗਲੀ ਲਾਈਨ ਪੜਦੇ ਆ ਮuje ਇਸ ਭੀੜ ਪਰ ਤਰਸ ਆਤਾ ਹੈ ਇਹਦੇ 2000 ਰੁਪਏ ਲਾ ਕੀ ਆ ਮੈਨੂੰ ਤੇ ਆਇਆ ਹੀ ਉਹ ਤਰਸ ਕੀ ਤੁਹਾਨੂੰ ਵੀ ਆਇਆ ਜਿਹੜਾ ਤਰਸ ਮੇਰੇ ਵਿੱਚ ਆ ਇਸ ਭੀੜ ਦੇ ਲਈ ਕੀ ਤੁਹਾਡੇ ਵਿੱਚ ਵੀ ਉਹ ਤਰਸ ਆਇਆ ਪ੍ਰਭੂ ਚੇਲਿਆਂ ਨੂੰ ਇਹ ਸਮਝਾਉਣਾ ਚਾਹੁੰਦਾ ਰੋਟੀਆਂ ਦਾ ਮਸਲਾ ਨਹੀਂ ਉੱਥੇ ਭੁੱਲ ਜੋ ਦਿਮਾਗ ਚੋਂ ਕੱਢ ਦੋ ਮਸਲਾ ਰੋਟੀਆਂ ਦਾ ਨਹੀਂ ਮਸਲਾ ਇਹ ਆ ਤਰਸਵਾਨ ਪਰਮੇਸ਼ਰ ਆਪਣੇ ਤਰਸ ਨੂੰ ਪ੍ਰਗਟ ਕਰਨਾ ਚਾਹੁੰਦਾ ਉਹ ਦੱਸਣਾ ਚਾਹੁੰਦਾ ਤੁਹਾਡੇ ਲਈ ਮੇਰੇ ਮਨ ਦੇ ਵਿੱਚ ਕਿੰਨਾ ਤਰਸ ਹੈ ਉਹ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਭੁੱਖਿਆ ਵਿਦਿਆ ਕਰ ਸਕਦਾ ਨਹੀਂ ਲekin ਪ੍ਰਭੂ ਜਾਣਨਾ ਚਾਹੁੰਦਾ ਇਹ ਜਿਹੜੇ ਮੇਰੇ ਨਾਲ ਚੱਲਦੇ ਆ ਰਹੇ ਆ ਪ੍ਰਭੂ ਸਾਨੂੰ ਦੱਸਣਾ ਚਾਹੁੰਦਾ ਇੱਥੇ ਇਹ ਸਾਡੇ ਲਈ ਹੈ ਵਚਨ ਅਗੰਮ ਗਿਆਨੀ ਦੇ ਪੈਰਾਂ ਹੀ ਜਾਣਦਾ ਇਹ ਨਾਲ ਦੇ ਨਾਲ ਇਸ ਵਾਰਤਾ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਸਾਡੇ ਤੱਕ ਇਹ ਸੰਦੇਸ਼ ਦੇਣਾ ਚਾਹੁੰਦਾ ਇਹ ਦੱਸਣਾ ਚਾਹੁੰਦਾ ਆ ਜੈਸਾ ਤਰਸ ਮੇਰੇ ਲੋਕਾਂ ਦੇ ਲਈ ਮੇਰੇ ਵਿੱਚ ਆ ਵੈਸਾ ਹੀ ਜਿਨ੍ਹਾਂ ਨੇ ਮੇਰੇ ਨਾਲ ਚੱਲਣਾ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਇਸ ਲਈ ਇਹ ਵਚਨ ਸਾਡੀ ਸਿੱਖਿਆ ਦੇ ਲਈ ਤਾਂ ਕਿ ਅਸੀਂ ਇੱਥੋਂ ਇੱਕ ਸਿੱਖਿਆ ਲਈਏ ਕਿਉਂਕਿ ਇਹ 3 ਦਿਨ ਸੇ ਬਰਾਬਰ ਮੇਰੇ ਸਾਥ ਹੈ ਇੱਕ ਘਰਵਾਲਾ ਛੱਡ ਕੇ ਵਿਚਾਰੇ ਆਏ ਹੋਏ 3 ਦਿਨਾਂ ਤੋਂ ਪ੍ਰਭੂ ਯਸੂ ਮਸੀਹ ਦੇ ਨਾਲ 3 ਦਿਨ 3 ਰਾਤ ਤੇ ਹੁਣ ਇਹਨਾਂ ਨੇ ਇਹ ਸਮਾਂ ਦੇ ਕੇ ਪ੍ਰਭੂ ਦੇ ਲਈ ਇੱਕ ਕੁਰਬਾਨੀ ਕੀਤੀ ਪਰ ਪ੍ਰਭੂ ਕਿਸੇ ਦਾ ਰਿਣ ਰੱਖਦਾ ਨਹੀਂ ਇਹ ਉਹਦੀ ਖੂਬੀ ਤੇ ਜਿਹੜੇ ਸਭ ਕੁਝ ਛੱਡ ਕੇ ਤਿੰਨ ਦਿਨ ਤੋਂ ਪ੍ਰਭੂ ਦੇ ਨਾਲ ਆ ਹੁਣ ਇਹ ਤੇ ਹੋ ਨਹੀਂ ਸਕਦਾ ਕਿ ਪ੍ਰਭੂ ਉਹਨਾਂ ਨੂੰ ਭੁੱਖਿਆ ਵਿਧੇ ਕਰ ਦੇਵੇ ਹੋ ਨਹੀਂ ਸਕਦਾ ਤੇ ਹੁਣ ਪ੍ਰੀਖਿਆ ਕਿਹਨਾਂ ਦੀ ਹੋ ਰਹੀ ਭਲਾ ਚੇਲਿਆਂ ਦੀ ਔਰ ਉਹਨਕੇ ਪਾਸ ਕੁਝ ਵੀ ਖਾਣੇ ਕੋ ਨਹੀਂ ਕਿਨਾਂ ਦੇ ਕੋਲ ਜਿਹੜੀ ਭੀੜ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੂੰ ਤਰਸਾਇਆ ਔਰ ਅੱਜ ਇਹੋ ਤਰਸ ਹਰੇਕ ਮਸੀਹੀ ਦੇ ਜੀਵਨ ਦੇ ਵਿੱਚ ਖੁਦਾਵੰਦ ਖੁਦਾ ਦੇਖਣਾ ਚਾਹੁੰਦਾ ਦੂਜੇ ਸ਼ਬਦਾਂ ਦੇ ਵਿੱਚ ਮਸੀਹੀ ਕਹਿਣਾ ਦਾ ਹੱਕ ਹੀ ਉਸ ਇਨਸਾਨ ਨੂੰ ਜਿਹਦੇ ਅੰਦਰ ਪ੍ਰਭੂ ਦੇ ਲੋਕਾਂ ਦੇ ਲਈ ਐਸਾ ਹਿੱਤ ਤਰਸ ਹੋਵੇ ਤੇ ਆਓ ਅੱਜ ਫੈਸਲਾ ਕਰੀਏ ਜਿਸ ਪ੍ਰਭੂ ਯਸ ਮਸੀਹ ਦੇ ਵਚਨ ਨੂੰ ਅਸੀਂ ਸੁਣਿਆ ਅਸੀਂ ਆਪਣੇ ਆਪ ਨੂੰ ਵੈਸਾ ਬਣਾਵਾਂਗੇ ਕਿਉਂਕਿ ਪ੍ਰਭੂ ਦੀ ਬੁੱਧ ਸਾਡੇ ਵਿੱਚ ਹੈ ਪਵਿੱਤਰ ਆਤਮਾ ਦੇ ਵਸੀਲੇ ਉਹਦਾ ਮਨ ਵੀ ਸਾਡੇ ਵਿੱਚ ਆ ਤੇ ਇਸ ਕਰਕੇ ਜਿਹਦੇ ਨਾਲ ਅਸੀਂ ਚੱਲਦੇ ਆ ਜੈਸਾ ਉਹਦਾ ਮਨ ਵੈਸਾ ਹੀ ਸਾਡਾ ਮਨ ਹੋਣਾ ਚਾਹੀਦਾ ਆ ਤੇ ਜਦੋਂ ਸਾਡਾ ਮਨ ਉਹਦੇ ਮਨ ਵਰਗਾ ਹੋ ਗਿਆ ਉਦੋਂ ਸਮਝ ਲਓ ਪਰਮੇਸ਼ਰ ਸਾਡੇ ਤੋਂ ਖੁਸ਼ ਹੋ ਗਿਆ ਤੇ ਜਿਨੇ ਪਰਮੇਸ਼ਰ ਨੂੰ ਖੁਸ਼ ਕਰ ਲਿਆ ਉਹਨੇ ਸਾਰੇ ਜਹਾਨ ਨੂੰ ਪਾ ਲਿਆ ਉਹਨੇ ਸਾਰੇ ਜਹਾਨ ਨੂੰ ਪਾ ਲਿਆ ਇਸੇ ਦੇ ਲਿਖਿਆ ਕੀ ਲਾਭ ਮਨੁੱਖ ਨੂੰ ਜੇ ਸਾਰੇ ਜਹਾਨ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ ਪਰ ਜੇ ਉਹ ਪਰਮੇਸ਼ਰ ਨੂੰ ਕਮਾਵੇ ਤੇ ਫਿਰ ਜਾਨ ਦਾ ਨੁਕਸਾਨ ਨਹੀਂ ਬਲਕਿ ਜਾਨ ਨੂੰ ਸੇਫ ਕਰੇਗਾ ਪਰ ਇਹ ਹੀ ਪਰਮੇਸ਼ਰ ਸਾਡੇ ਤੇ ਚਾਹੁੰਦਾ ਹੈ ਇਹਦੇ ਅਗਲੇ ਹਿੱਸੇ ਨੂੰ ਅਸੀਂ ਕੱਲ ਸਿੱਖਾਂਗੇ ਤਦ ਤੱਕ ਲਈ ਦੁਆਚੀ ਯਾਦ ਰੱਖਣਾ ਪਰਬੂ ਸਾਡੇ ਸਾਰਿਆਂ ਦੇ ਸਾਥ ਹੋਵੇ ਆਪ ਪ੍ਰਾਰਥਨਾ ਕਰਦੇ ਆਂ ਅੱਜ ਦੇ ਇਸ वचन ਦੇ ਲਈ ਜਿਹੜਾ ਪ੍ਰਬੂ ਨੇ ਸਾਡੇ ਨਾਲ ਆਪਣੇ ਪਵਿੱਤਰ ਆਤਮਾ ਦੇ ਵਸੀਲੇ ਸ਼ੇਅਰ ਕੀਤਾ ਔਰ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਾਂਗੇ ਜਿਹੜੇ ਕਿਸੇ ਵੀ ਤਰ੍ਹਾਂ ਕਿਸੇ ਪਰੇਸ਼ਾਨੀ ਦੇ ਵਿੱਚ ਆ ਦੁੱਖ ਦੇ ਵਿੱਚ ਆ ਤਕਲੀਫ ਦੇ ਵਿੱਚ ਆ ਜਿਹੜੇ ਤੇ ਮਸੀਹ ਦੇ ਵਿੱਚ ਆ ਉਹਨਾਂ ਦੇ ਲਈ ਤੇ ਪੈਗਾਮ ਇਹ ਆ ਕਿ ਉਹਨਾਂ ਨੇ ਯੋਧੇ ਬਣਨਾ ਹੈ ਤੇ ਇਹਨਾਂ ਦੇ ਉੱਤੇ ਜਿੱਤ ਪਾਉਣੀ ਹੈ ਇਹ ਕਮਜ਼ੋਰੀਆਂ ਤੇ ਨਕਾਮੀਆਂ ਉੱਤੇ ਬਿਮਾਰੀਆਂ ਉੱਤੇ ਪਰ ਜਿਹੜੇ ਨਵੇਂ ਲੋਕ ਆ ਅਜੇ ਪ੍ਰਭੂ ਦੇ ਵਿੱਚ ਜੋਰ ਨਹੀਂ ਫੜਿਆ ਉਹਨਾਂ ਲਈ ਅਸੀਂ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਉਹਨਾਂ ਦੇ ਉੱਤੇ ਆਪਣੇ ਰਹਿਮ ਨੂੰ ਦਿਖਾਵੇ ਉਹ ਉਹਦੀ ਕੁਦਰਤ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣ ਉਹਦੇ ਮੌਜਜੇ ਅਚੰਬੇ ਕੰਮਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣ ਤਾਂ ਕਿ ਉਹਨਾਂ ਦਾ ਈਮਾਨ ਵੀ ਤੁਹਾਡੇ ਵਾਂਗੂ ਮਜ਼ਬੂਤ ਹੋਵੇ ਔਰ ਜਦੋਂ ਉਹਨਾਂ ਦਾ ਈਮਾਨ ਮਜ਼ਬੂਤ ਹੋਵੇ ਫਿਰ ਉਹ ਵੀ ਤੁਹਾਡੇ ਵਾਂਗ ਦਲੇਰ ਹੋ ਕੇ ਫਿਰ ਬਿਮਾਰੀਆਂ ਦੀ ਪ੍ਰਾਰਥਨਾ ਨਾ ਕਰਉਣ ਬਲਕਿ ਬਿਮਾਰੀਆਂ ਨੂੰ ਰਗੜਨ ਵਾਲੇ ਬਣ ਜਾਣ। ਬਿਮਾਰੀ ਨੂੰ ਪੁੱਛੇਂ ਤੇਰੀ ਔਕਾਤ ਕੀ ਹੈ? ਬਿਮਾਰੀ ਨੂੰ ਕਹਿਣ ਤੂੰ 아이 ਕਿਹਦੇ ਕੋਲ ਹੈ ਤੈਨੂੰ ਪਤਾ ਹੋਣਾ ਚਾਹੀਦਾ ਮੈਂ ਪਰਮੇਸ਼ਵਰ ਦੇ ਘਰ ਦੇ ਵਿੱਚ ਜਨਮਿਆ ਪਰਮੇਸ਼ਵਰ ਦਾ ਪੁੱਤਰ ਹਾਂ ਤੂੰ ਮੇਰਾ ਕੁਝ ਵਿਗਾੜ ਸਕਦੀ ਨਹੀਂ ਹੈ। ਆਓ ਪ੍ਰਾਰਥਨਾ ਕਰਦੇ। ਪਹਿਲੇ ਖੁਦਾਮੁਖਦਾ ਤੁਹਾਡੇ ਸ਼ੁਕਰਗੁਜ਼ਾਰ ਹਾਂ ਅੱਜ ਦੀ ਇਸ ਸ਼ਾਮ ਦੇ ਲਈ ਤੁਹਾਡੇ ਸੱਚੇ ਬਚਨਾਂ ਦੇ ਲਈ ਖੁਦਾਵੰਦ ਜਿੰਨਿਆਂ ਵੀ ਜ਼ਿੰਦਗੀਆਂ ਨੇ ਇਸ ਵਕਤ ਸੁਣਿਆ ਰੂਬਰੂ ਹੋ ਕੇ ਖੁਦਾਵੰਦ ਇਸ ਜਰੀਏ ਦੇ ਨਾਲ ਉਹਨਾਂ ਜ਼ਿੰਦਗੀਆਂ ਦੇ ਲਈ ਤੁਹਾਡੇ ਵੱਡੇ ਅਨੁਗ੍ਰਹਿ ਨੂੰ ਮੰਗਦਾ ਖੁਦਾਵੰਦ ਜੋ ਲੋਕ ਤੈਨੂੰ ਸਮਝ ਚੁੱਕੇ ਆ ਉਹਨਾਂ ਨੂੰ ਦਲੇਰੀ ਦਾ ਆਤਮਾ ਦਿਓ ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕਰ ਸਕਣ ਔਰ ਜੋ ਲੋਕ ਆ ਜੇ ਨਵੇਂ ਆ ਅਜੇ ਤੁਹਾਡੀ ਆਦਤ ਤੋਂ ਉਸ ਤਰੀਕੇ ਨਾਲ ਵਾਕਿਫ ਨਹੀਂ ਜਿਸ ਤਰ੍ਹਾਂ ਤਰੀਕੇ ਦੇ ਨਾਲ ਪੁਰਾਣੇ ਲੋਕ ਵਾਕਿਫ ਹੋ ਸੋ ਦਇਆ ਕਰੋ ਉਹ ਵੀ ਤੁਹਾਡੀ ਆਦਤ ਨੂੰ ਸਮਝਣ ਖੁਦਾਵੰਦ ਔਰ ਪਿਆਰੇ ਪ੍ਰਭੂ ਉਹਨਾਂ ਦੀਆਂ ਸਾਰੀਆਂ ਕਮਜ਼ੋਰੀਆਂ ਨੂੰ ਬਿਮਾਰੀਆਂ ਨੂੰ ਲਾਚਾਰੀਆਂ ਨੂੰ ਪਰੇਸ਼ਾਨੀਆਂ ਨੂੰ ਤੁਹਾਡੇ ਤਖਤ ਦੇ ਅੱਗੇ ਲੈ ਕੇ ਆਉਣੇ ਖੁਦਾਵੰਦ ਇੱਕ ਇੱਕ ਜ਼ਿੰਦਗੀ ਦੇ ਲਈ ਤੁਹਾਡੇ ਵੱਡੇ ਰਹਿਮ ਨੂੰ ਮੰਗ ਲੈਣੇ ਖੁਦਾਵੰਦ ਜਿਨਨੇ ਵੀ ਲੋਕਾਂ ਨੇ ਪ੍ਰਾਰਥਨਾ ਕਰਨ ਦੇ ਲਈ ਬੇਨਤੀਆਂ ਭੇਜੀਆਂ ਖੁਦਾਵੰਦ ਇੱਕ ਇੱਕ ਜ਼ਿੰਦਗੀ ਨੂੰ ਤੇਰੇ ਸਾਹਮਣੇ ਲੈ ਆਉਣੇ ਖੁਦਾਵੰਦ ਤੁਸੀਂ ਵੈਸਾ ਹੀ ਤਰਸ ਜਿਵੇਂ ਇਹਨਾਂ ਲੋਕਾਂ ਦੇ ਉੱਤੇ ਕੀਤਾ ਸੀ ਉਹੀ ਤਰਸ ਉਹਨਾਂ ਲੋਕਾਂ ਦੇ ਉੱਤੇ ਵੀ ਕਰੋ ਜਿਹੜੇ ਆਨਲਾਈਨ ਇਸ ਪ੍ਰੋਗਰਾਮ ਨੂੰ ਸੋਣੇ ਜਾਂ ਜਿਹੜੇ ਅੱਗੇ ਸੁਣਨਗੇ ਖੁਦਾਵੰਦ ਅਗਰ ਉਹ ਵਿਸ਼ਵਾਸ ਕਰਨ ਤੇ ਤੁਹਾਡਾ ਇਹ ਤਰਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰੇ ਖੁਦਾਵੰਦ ਤੁਹਾਡੇ ਤਰਸ ਦੇ ਦੁਆਰਾ ਤੁਹਾਡੇ ਲੋਕ ਹਰ ਕਿਸਮ ਦੀ ਭੁੱਖ ਤੋਂ ਛੁਟਕਾਰਾ ਪਾ ਸਕਣ ਖੁਦਾਵੰਦ ਹਰ ਕਿਸਮ ਦੀ ਕਮਜ਼ੋਰੀ ਤੋਂ ਹਰ ਕਿਸਮ ਦੀ ਲਾਚਾਰੀ ਤੋਂ ਹਰ ਕਿਸਮ ਦੀ ਪਰੇਸ਼ਾਨੀ ਤੋਂ ਤੁਹਾਡੇ ਲੋਕਾਂ ਦੇ ਲਈ ਤੁਹਾਡਾ ਵੱਡਾ ਰਹਿਮ ਹੋ ਜਾਏ ਖੁਦਾਵੰਦ। ਪਰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲੇ। ਅਗਰ ਕੋਈ ਬੇਵਿਲਾਦ ਹੈ ਪਿਆਰੇ ਪ੍ਰਭੂ ਤੁਸੀਂ ਹੀ ਕੁੱਖ ਨੂੰ ਖੋਲਣ ਵਾਲੇ ਤੇ ਬੰਦ ਕਰਨ ਵਾਲੇ ਹੋ ਖੁਦਾਵੰਦ। ਸੁ ਕਿਰਪਾ ਕਰੋ। ਕਿਉਂਕਿ ਤੇਰੇ ਵਚਨ 'ਚ ਲਿਖਿਆ ਜਿਹੜੇ ਤੇਰੇ ਵਿੱਚ ਆਉਂਦੇ ਜਿਹੜੇ ਤੈਨੂੰ ਪਹਿਚਾਨ ਲੈਂਦੇ ਕਿ ਉਹਨਾਂ ਦੇ ਵੰਸ਼ ਨੂੰ ਵਧਾਉਂਦੇ ਹੋ ਖੁਦਾਬੰਦ ਤੁਹਾਡੀ ਕਿਰਪਾ ਨੂੰ ਉਹਨਾਂ ਦੇ ਲਈ ਵੀ ਮੰਗ ਲੈਨੇ ਖੁਦਾਬੰਦ ਇੱਕ ਇੱਕ ਜ਼ਿੰਦਗੀ ਦੇ ਲਈ ਤੁਹਾਡੇ ਵੱਡੇ ਅਨੁਗ੍ਰਹਿ ਨੂੰ ਮੰਗਦਾ ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ 'ਚ ਦਿਨਾ ਖੁਦਾਬੰਦ ਤੁਹਾਡੀ ਨੇਕ ਇਛਾ ਨੂੰ ਮੰਗ ਲੈਣਾ ਸਾਡੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ ਆਮੇਨ ਆਮੇਨ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਔਰ ਵਚਨ ਨੂੰ ਸ਼ੇਅਰ ਕਰਨ ਚ ਕੰਜੂਸੀ ਨਾ ਕਰਿਆ ਕਰੋ ਕਿਉਂਕਿ ਜੇਕਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਇਹਨੂੰ ਸ਼ੇਅਰ ਕਰ ਦਿਆ ਕਰੀਏ ਤਾਂ ਕਿ ਹੋਰ ਲੋਕਾਂ ਤੱਕ ਵੱਧ ਤੋਂ ਵੱਧ ਖੁਦਾ ਦੀ ਯੋਜਨਾ ਖੁਦਾ ਦੀ ਨਿੱਕ ਇੱਛਾ ਪਹੁੰਚੇ ਤਾਂ ਕਿ ਉਹ ਵੀ ਸਾਡੇ ਵਾਂਗੂ ਖੁਦਾ ਦੀ ਆਦਤ ਨੂੰ ਜਾਣ ਕੇ ਖੁਦਾ ਦੇ ਵਿੱਚ ਮਜ਼ਬੂਤ ਹੁੰਦੇ ਹੋਏ ਉਸ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਹੋ ਸਕਣ ਖੁਦਾ ਤੁਹਾਡੇ ਸਾਰੇ ਦੇ ਨਾਲ ਹੋਵੇ ਔਰ ਇਸੇ ਤਰ੍ਹਾਂ ਖੁਦਾ ਦੀ ਕਿਰਪਾ ਰਿਤ ਕੱਲ ਅਸੀਂ ਫਿਰ ਸ਼ਾਮਲ ਹੋਵਾਂਗੇ ਖੁਦਾ ਦੇ ਬਚਨ ਨੂੰ ਸਿੱਖਾਂਗੇ ਤਦ ਤੱਕ ਲਈ ਖੁਦਾ ਦਾ ਨਾਲ ਹੋਵੇ ਹੁਣ ਤੋਂ ਖੁਦਾ ਹੋਏ ਜਸਮ ਸੀਦਾ ਫਜ਼ਰ ਖੁਦਾਬਾਬ ਦੀ ਮੁਹੱਬਤ ਪਾਕ ਰੂਹ ਦੀ ਸੰਗਤ ਔਰ ਇਹ तमाम ਲੋਕਾਂ ਦੇ ਨਾਲ ਬਣੀ ਰਹੇ ਆਮੀਨ ਆਮੀਨ ਗੋਡ ਬlesਸ ਯੂ ਰੱਬ ਤੁਹਾਡੇ ਸਾਰੇ ਇੰਦ ਨਾਲ ਹੋਵੇ ਔਰ ਇਸੇ ਤਰ੍ਹਾਂ ਸੀ ਖੁਦਾ ਦੀ ਇੱਛਾ ਦੇ ਚ ਰਹਿੰਦੇ ਹੋਏ ਅਗਰ ਉਹਦੀ ਆਮਦ ਦੇ ਚ ਦੇਰੀ ਆ ਤੇ ਅਸੀਂ ਖੁਦਾ ਦੇ ਬਚਨ ਨੂੰ ਸਿੱਖਦੇ ਜਾਵਾਂਗੇ ਸਾਰਿਆਂ ਜੈਮਸ